ਹੈਗਾ। ਲਓ ਇੱਕ ਮਾਂ ਨੂੰ ਮੁਖਾਤਬ ਕਰਕੇ, ਮਾਂ ਨੂੰ ਡੈਡੀਕੇਟ ਕਰਕੇ ਇੱਕ ਸੱਚਾਈ ਬ੍ਰਹਿਮੰਡ ਦੀ ਯੂਨੀਵਰਸਲ ਟਰੁੱਥ ਤੁਹਾਡੀ ਨਜ਼ਰ ਕਰਨ ਲੱਗਾ ਮੁਲਾਜ਼ਾ ਫਰਮਾਣਾ ਜੀ। ਮਾਣਕ ਸਾਹਿਬ ਕਹਿੰਦੇ ਹੁੰਦੇ ਸੀਗੇ, ਕਹਿੰਦੇ ਮਾਂ ਤੂੜੀ ਵਾਲੇ ਕੋਠੇ ਬਿਮਾਰ ਪਈ ਹੈ, ਉਹਨੂੰ ਕੋਈ ਦਵਾਈ ਨਹੀਂ ਦਵਾਉਂਦਾ, ਮੈਡੀਸਨ ਨਹੀਂ ਦਵਾਉਂਦਾ, ਅਤੇ ਆਪ ਘਰੇ ਖੰਡ ਪਾਠ ਖਿਲਾਏ ਹੋਏ ਨੇ, ਅਤੇ ਮਾਂ ਨੂੰ ਡਾਕਟਰ ਦੇ ਨਹੀਂ ਲੈ ਕੇ ਜਾਂਦੇ, ਆਪ ਹਰਦੁਆਰੇ ਹਵਨ ਕਰਾਉਣ 'ਚ ਗਏ ਹੋਏ ਨੇ, ਮਾਂ ਨੂੰ ਪੁੱਛਦੇ ਨਹੀਂ ਅਤੇ ਆਪ ਮੱਕੇ ਹੱਜ ਕਰਨ ਵਾਸਤੇ ਗਏ ਹੋਏ ਨੇ, ਕੋਈ ਨਹੀਂ ਲੱਗਦਾ, ਕੋਈ ਤੀਰਥ, ਕੋਈ ਮੱਕਾ, ਕੋਈ ਹਰਦੁਆਰ, ਕੋਈ ਖੰਡ ਪਾਠ ਨਹੀਂ ਲੱਗਦਾ। ਜੇ ਮਾਂ ਬਾਪ ਦੁਖੀ ਨੇ ਕੁਛ ਨਹੀਂ ਹੁੰਦਾ, ਕਿਉਂਕਿ ਗੁਰਬਾਣੀ 'ਚ ਲਿਖਿਆ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ, ਸਭ ਤੋਂ ਪਹਿਲਾਂ ਮਾਂ, ਫਿਰ ਬਾਪ, ਫਿਰ ਕੋਈ ਗੁਰੂ, ਫਿਰ ਕੋਈ ਰੱਬ। ਲਓ ਆਓ ਅਸੀਂ ਆਪਣੀਆਂ ਮਾਵਾਂ ਦੀ ਬੇਕਦਰੀ ਨਾ ਕਰੀਏ, ਇਹ ਉਸ ਵਾਸਤੇ ਮੈਂ ਗਾਣਾ ਗਾ ਰਿਹਾ ਮੁਲਾਜ਼ਾ ਫਰਮਾ। ਜਗ ਤੇ ਲੱਭਦੀਆਂ ਨਹੀਂ ਇੰਨੀਆਂ ਗੂੜੀਆਂ ਛਾਵਾਂ, ਜਗ ਤੇ ਲੱਭਦੀਆਂ ਨਹੀਂ, ਟੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ, ਟੁਰ ਜਾਵਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। ਸ਼ੁਰੂ ਹੁੰਦੀ ਹੈ ਇਹ ਪਹਿਲੀ ਡਿਊਟੀ ਕੀ, ਜਦੋਂ ਬੱਚਾ ਬੋਲਣਾ ਸ਼ੁਰੂ ਹੁੰਦਾ, ਹੋ ਮੰਦਾ ਮੂੰਹ ਚੋਂ ਬੋਲਣ ਮਾਮਾ ਰੋਕਦੀਆਂ, ਚੰਗੀ ਮੰਦੀ ਥਾਂ ਤੋਂ
ਹੋ ਪੁੱਤਰ ਭਾਵੇਂ ਲੱਖ ਜਹਾਨ ਤੋਂ ਮੰਦੇ ਨੇ, ਪੁੱਤਰ ਭਾਵੇਂ ਲੱਖ ਜਹਾਨ ਤੋਂ ਮੰਦੇ ਨੇ, ਮਾਵਾਂ ਆਖਣ ਸਾਰੇ ਜਗ ਤੋਂ ਚੰਗੇ ਨੇ ਮੇਰੇ ਪੁੱਤਰ। ਅੱਜ ਕੱਲ੍ਹ ਇੱਕ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਛੇਵਾਂ ਦਰਿਆ ਵਗਿਆ ਹੋਇਆ ਨਸ਼ਿਆਂ ਦਾ। ਇਹ ਛੇਵਾਂ ਦਰਿਆ, ਇਹ ਜਦੋਂ ਮਾਂ ਕੋਲ ਜਾਂਦਾ ਸਮੈਕ ਪੀਣ ਲਈ, ਪੈਸੇ ਮੰਗਦਾ, ਚਾਹੇ ਮਾਂ ਦਾ ਕੰਨ ਮਰੋੜੇ ਚਾਹੇ ਗੁੱਤ ਮਰੋੜੇ, ਉਹਦੇ ਕੋਲੋਂ ਪੈਸੇ ਮੰਗਦਾ, ਪੈਸੇ ਚਾਹੀਦੇ। ਮਾਂ ਨੇ ਪਤਾ ਨਹੀਂ ਕਿਹੜੇ ਕੰਮ ਨੂੰ ਗੰਦੇ ਜਿਹੇ ਦੁਪੱਟੇ 'ਚ 10-20 ਰੁਪਏ ਬੰਨੇ ਹੁੰਦੇ ਨੇ, ਉਹ ਖੋਲ੍ਹ ਕੇ ਦੇ ਦਿੰਦੀ ਹੈ। ਜਾ ਕੇ ਸਮੈਕ ਪੀ ਕੇ ਰਾਤ ਨੂੰ 11-12 ਵਜੇ ਤੱਕ ਘਰ ਨਹੀਂ ਮੁੜਦਾ, ਪਰ ਅੰਦਰ ਦੀ ਮਮਤਾ ਫੇਰ ਨਹੀਂ ਟਿਕਦੀ ਮਾਂ ਦੀ। ਉਹ ਜਿਹਨੇ ਮਾਰ ਖਾਧੀ, 20 ਰੁਪਏ ਦਿੱਤੇ, ਫੇਰ ਜਾ ਕੇ ਚੌਂਕ 'ਚ ਖਲੋ ਗਈ, ਮੇਰਾ ਪੁੱਤ ਨਹੀਂ ਆਇਆ, ਅਜੇ ਮੇਰਾ ਪੁੱਤ ਵਾਪਸ ਨਹੀਂ ਆਇਆ। ਆ ਕੇ ਪਤਾ ਵੀ ਘਰ 'ਚ ਕਲੇਸ਼ ਹੀ ਕਰਨਾ ਉਹਨੇ। ਜ਼ਰਾ ਗੌਰ ਫਰਮਾਉਣਾ, ਇਹ ਮਮਤਾ ਕੀ ਕਿੱਥੇ ਕਿੱਥੇ ਕੀ ਕਰਵਾਉਂਦੀ ਆ। ਮਾਂ ਲੋਕਾਂ ਦੇ ਪੱਠੇ ਵੱਢ ਵੱਢ ਕੇ, ਘਾਹ ਖੋਤ ਖੋਤ ਕੇ ਪੁੱਤ ਨੂੰ ਪੜ੍ਹਾ ਲੈਂਦੀ ਹੈ। ਜਦ ਪੁੱਤ ਜੱਜ ਲੱਗ ਜਾਂਦਾ, ਫਿਰ ਪੁੱਤ ਕੋਲ ਇੰਨਾ ਟਾਈਮ ਵੀ ਨਹੀਂ ਹੁੰਦਾ ਕਿ ਜਾਂਦਾ ਜਾਂਦਾ ਮਾਂ ਨੂੰ ਮਿਲ ਜਾਵੇ। ਪੁੱਤਰ ਜੱਜ ਲੱਗ ਗਿਆ,
ਤੇ ਮਾਂ ਨੇ ਪਿੱਛੋਂ ਆਵਾਜ਼ ਮਾਰ ਲਈ, ਕਹਿੰਦੀ ਪੁੱਤਰ ਓਏ। ਬੜਾ ਗੁੱਸੇ ਹੋਇਆ, ਮਾਂ ਤੈਨੂੰ ਪਤਾ ਨਹੀਂ ਮੈਂ ਕੰਮ ਤੇ ਜਾ ਰਿਹਾ, ਮੈਂ ਜੌਬ ਤੇ ਜਾ ਰਿਹਾ, ਪਿੱਛੋਂ ਆਵਾਜ਼ ਮਾਰ ਲਈ ਹੈ। ਸੋਰੀ ਪੁੱਤਰ, ਮੈਂ ਤੈਨੂੰ ਆਵਾਜ਼ ਮਾਰ ਰਹੀ ਹੈ। ਹਾਂ ਦੱਸੋ ਮਾਂ ਕੀ ਕੰਮ ਹੈ? ਪੁੱਤਰ ਮੇਰੀ ਇੱਕ ਡਿਮਾਂਡ ਹੈ, ਮੇਰੀ ਇੱਛਾ ਹੈ। ਦੱਸੋ ਮਾਂ ਕੀ ਚਾਹੀਦਾ? ਪੈਸਾ ਚਾਹੀਦਾ, ਕੋਈ ਸੂਟ ਲੱਤਾ ਚਾਹੀਦਾ, ਕੋਈ ਚੈਨੀ ਗੈਨੀ ਕੋਈ ਚਾਹੀਦੀ ਹੈ, ਕਾਂਟੇ ਚਾਹੀਦੇ ਆ, ਕੁਛ ਦੱਸ, ਜਲਦੀ ਦੱਸ। ਕਹਿੰਦੀ ਨਹੀਂ ਪੁੱਤਰ, ਮੇਰੀ ਤਾਂ ਡਿਮਾਂਡ ਹੀ ਛੋਟੀ ਜੀ ਹੈ। ਮਾਂ ਜਲਦੀ ਦੱਸ, ਟਾਈਮ ਨਹੀਂ, ਮੈਂ ਕੋਰਟ ਜਾਣਾ। ਕਹਿੰਦੀ ਪੁੱਤਰ ਮੈਨੂੰ ਕੁਛ ਨਹੀਂ ਚਾਹੀਦਾ, ਤੇਰਾ ਸੂਟ ਚਾਹੀਦਾ, ਨਾ ਤੇਰਾ ਪੈਸਾ ਧੇਲਾ ਚਾਹੀਦਾ, ਇੱਕ ਜੇ ਕਰਮ ਮੇਰੇ ਤੇ ਕਰ ਦੇਵੇ, ਮੈਨੂੰ ਤਾਂ ਉਹ ਚਾਹੀਦਾ। ਕੀ ਚਾਹੀਦਾ ਮਾਂ? ਬਸ ਜਦੋਂ ਤੂੰ ਦਫ਼ਤਰ ਜਾਇਆ ਕਰੇ ਨਾ, ਜਦ ਤੂੰ ਆਫਿਸ ਜਾਇਆ ਕਰੇ, ਜਾਂਦਾ ਜਾਂਦਾ ਮੈਨੂੰ ਮੂੰਹ ਵਿਖਾ ਜਾਇਆ ਕਰ, ਮੈਨੂੰ ਤੇਰਾ ਕੁਛ ਨਹੀਂ ਚਾਹੀਦਾ, ਕੱਖ ਨਹੀਂ ਚਾਹੀਦਾ ਮੈਨੂੰ ਤੇਰਾ। ਮਾਂ ਕੀ ਕਰਾਂ, ਬੜੇ ਕੇਸਿਸ ਹੁੰਦੇ ਆ, ਸੋਰਟ ਆਊਟ ਕਰਨੇ ਹੁੰਦੇ ਆ, ਟਾਈਮ ਨਹੀਂ ਹੁੰਦਾ, ਹੁਣ ਮੈਂ ਇਹ ਰੋਜ਼ ਤੈਨੂੰ ਮੂੰਹ ਵਿਖਾਉਣ ਜੋਗਾ, ਮੈਂ ਲੇਟ ਨਹੀਂ ਨਾ ਹੋ ਸਕਦਾ। ਕਹਿੰਦੀ ਪੁੱਤਰ ਤੂੰ ਮੇਰਾ ਦੇਣ ਨਹੀਂ ਦੇ ਸਕਦਾ, ਕੋਈ ਵੀ ਪੁੱਤਰ ਆਪਣੀ ਮਾਂ ਦਾ ਦੇਣ ਨਹੀਂ ਦੇ ਸਕਦਾ। ਮਾਂ ਤੂੰ ਮੈਨੂੰ ਰੋਜ਼ ਕਹਿ ਦੇਣੀ ਇਹ ਗੱਲ, ਤੂੰ ਮੈਂ ਦੇਣ ਨਹੀਂ ਦੇ ਸਕਦਾ, ਦੇਣ ਨਹੀਂ ਦੇ ਸਕਦਾ। ਦੱਸ ਕੀ ਦੇਣ ਦੇਣਾ, ਕਿਵੇਂ ਦੇਣਾ, ਕਿੰਨੇ ਪੈਸੇ ਲੱਗਦੇ ਤੇਰਾ ਦੇਣ ਦੇਣ ਵਾਸਤੇ? ਕਹਿੰਦੀ ਪੁੱਤਰ ਵੇ ਪੈਸੇ ਨਹੀਂ ਲੱਗਦੇ। ਕਿਵੇਂ ਦਿੱਤਾ ਜਾਏਗਾ? ਕਹਿੰਦੀ ਦੇ ਦੇਗਾ। ਹਾਂ ਮਾਂ ਕੋਸ਼ਿਸ਼ ਕਰਦਾ, ਪਰ ਦੱਸ ਕਿਵੇਂ ਦਿੱਤਾ ਜਾਏਗਾ? ਪਰ ਮੈਂ ਦੱਸ ਮਾਂ ਕੀ ਹੈ? ਮੁੜ ਕੇ ਇਹ ਨਾ ਕਹੀਂ। ਕਹਿੰਦੀ ਅੱਜ ਰਾਤ ਨੂੰ ਆ ਕੇ ਜਦੋਂ ਤੂੰ ਜੌਬ ਤੋਂ ਆਵੇ। ਹਾਂ ਮਾਂ ਤੂੰ ਮੇਰੇ ਨਾਲ ਆ ਕੇ ਸੌਣਾ ਹੈ ਬਸ। ਕਹਿੰਦਾ ਫਿਰ ਤੇਰਾ ਦੇਣ ਦਿੱਤਾ ਜਾਏਗਾ? ਹਾਂ ਪੁੱਤਰ ਸ਼ਾਇਦ ਦਿੱਤਾ ਜਾਵੇ, ਤੂੰ ਮੇਰੇ ਨਾਲ ਆ ਕੇ ਸੌਣਾ ਹੈ। ਕਹਿੰਦਾ ਬਸ ਠੀਕ ਹੈ, ਪ੍ਰੋਮਿਸ ਯਾਦ ਰੱਖੀ ਮਾਂ, ਮੈਂ ਅੱਜ ਤੇਰੇ ਨਾਲ ਸੌਂਗਾ। ਮੁੜ ਕੇ ਜ਼ਿੰਦਗੀ 'ਚ ਕਹੀਂ ਨਾ ਕਿ ਮੈਂ ਤੇਰਾ ਦੇਣ ਨਹੀਂ ਦੇ ਸਕਦਾ। ਠੀਕ ਹੈ ਬੱਚਾ। ਰਾਤ ਨੂੰ ਆਇਆ ਘਰੇ ਥੱਕਿਆ ਟੁੱਟਿਆ ਕੋਰਟ ਤੋਂ, ਸਰਦੀਆਂ ਦਾ ਮਹੀਨਾ, ਬਹੁ ਮਾਘ ਦਾ ਮਹੀਨਾ, ਦਸੰਬਰ ਦਾ ਮਹੀਨਾ, ਕੜਾਕੇ ਦੀ ਠੰਡ ਪੈਂਦੀ ਹੈ, ਫੌਗ ਪਈ ਹੋਈ ਹੈ, ਧੁੰਦ ਪਈ ਹੋਈ ਹੈ। ਕਹਿੰਦਾ ਮਾਂ ਵਾਦਾ ਯਾਦ ਹੈ? ਕਹਿੰਦੀ ਯਾਦ ਹੈ ਪੁੱਤਰ। ਜਦੋਂ ਸੌਣ ਦੀ ਤਿਆਰੀ ਹੋਈ, ਸੌਣ ਲੱਗੀ ਮਾਂ, ਪੁੱਤਰ ਪੈਣ ਲੱਗਿਆ ਮਾਂ ਦੇ ਬਿਸਤਰੇ 'ਤੇ, ਤਾਂ ਮਾਂ ਨੇ ਠੰਡੇ ਪਾਣੀ ਦੇ 5-6 ਛਿੱਟੇ ਬਿਸਤਰੇ ਦੇ ਉੱਤੇ ਸੁੱਟ ਦਿੱਤੇ। ਬਿਸਤਰੇ ਦੇ ਉੱਤੇ ਸੁੱਟੇ 5-6 ਪਾਣੀ ਦੇ ਤੁਪਕੇ, ਜਦੋਂ ਬੱਚਾ ਪੈਣ ਲੱਗਿਆ ਤਾਂ ਚੀਕ ਮਾਰ ਕੇ ਉੱਠ ਗਿਆ, ਮਰ ਗਿਆ ਮਾਂ। ਕਹਿੰਦੀ 4 ਤੁਪਕਿਆਂ ਨਾਲ ਮਰ ਗਿਆ? ਕੰਜਰਾ ਮੈਂ ਤਾਂ 14 ਸਾਲ ਤੇਰੇ ਪਿਸ਼ਾਬ 'ਤੇ ਸੌਂਦੀ ਰਹੀ ਹਾਂ, ਤੂੰ 4 ਤੁਪਕਿਆਂ ਨਾਲ ਮਰ ਗਿਆ। ਕੰਨ ਫੜ ਕੇ ਖਲੋ ਗਿਆ, ਮਾਂ ਮੇਰੀ ਤੋਬਾ, ਮੇਰੇ ਖਾਨਦਾਨ ਦੀ ਤੋਬਾ, ਮੇਰੇ ਬੱਚਿਆਂ ਦੀ ਤੋਬਾ, 7 ਪੀੜ੍ਹੀਆਂ ਦੀ ਤੋਬਾ। ਉਹ ਮਾਂ ਦਾ ਦੇਣ ਕੋਈ ਨਹੀਂ ਜੇ ਦੇ ਸਕਦਾ, ਮਰ ਕੇ ਵੀ ਨਹੀਂ ਦੇ ਸਕਦਾ। ਹੋਰ ਫਰਮਾਣਾ ਕੀ ਲਿਖਿਆ? ਭੱਜ ਕੇ ਆਉਣਾ ਨਹੀਂ ਕਿਸੇ ਨੇ, ਭੱਜ ਕੇ ਆਉਣਾ ਨਹੀਂ, ਭੱਜ ਕੇ ਆਉਣਾ ਨਹੀਂ। ਐਵੇਂ ਬੋਲਣਾ ਕਾਵਾਂ ਮਾਵਾਂ ਲੱਭਦੀਆਂ ਨਹੀਂ, ਰਜਾਉਣ ਇੱਕ ਵਾਰ ਦੇ ਮਾਵਾਂ ਲੱਭਦੀਆਂ ਨਹੀਂ। ਸ਼ਾਇਰ ਨੇ ਆਪਣੀ ਕਿਰਾਏ ਦਿੱਤੀ ਹੈ,
ਪਰ ਜੇ ਉਹ ਰਾਏ ਵੀ ਸੱਚੀ ਹੋ ਜਾਂਦੀ ਹੈ ਤਾਂ ਵੀ ਮਾਂ ਮਰਦੀ ਹੈ, ਜੇ ਨਹੀਂ ਦਿੰਦੀ ਤਾਂ ਵੀ ਮਾਂ ਹੀ ਮਰਦੀ ਹੈ। ਕੀ ਲਿਖਿਆ ਜ਼ਰਾ ਗੌਰ ਫਰਮਾਉਣਾ ਗੁਰਵਿੰਦਰ ਜੀ, ਤੁਹਾਡੇ ਵਰਗੇ ਅਦੀਬ ਸ਼ਾਇਰ ਨੇ ਲਿਖਿਆ, ਕੀ ਲਿਖਿਆ? ਯਾਰ ਸਿਕੰਦਰਾ ਹੋਵੇ ਤੇ ਇੱਕ ਕੰਮ ਕਰ ਜਾਵੀ, ਹੋ ਸਕਿਆ ਤਾਂ ਮਾਂ ਤੋਂ ਪਹਿਲਾਂ ਮਰ ਜਾਵੀ, ਹੋ ਸਕਿਆ ਤਾਂ ਮਾਂ ਤੋਂ ਪਹਿਲਾਂ ਮਰ ਜਾਵੀ, ਹੋ ਸਕਿਆ ਤਾਂ ਮਾਂ ਤੋਂ ਪਹਿਲਾਂ ਮਰ ਜਾਵੀ। ਹੋ ਕਹਿੰਦੇ ਬਾਅਦ ਚ ਜਗ ਤੇ ਮਰਨ ਨੂੰ ਥਾਵਾਂ ਲੱਭਦੀਆਂ ਨੇ, ਤੁਰ ਜਾਵਣ ਇੱਕ ਵਾਰ ਤੇ ਮਾਵਾ ਲੱਭਦੀਆਂ ਨਹੀਂ, ਮਾਫ਼ੀ ਤੁਹਾਡੇ ਲਈ ਕਿ ਮੈਂ ਕਿਉਂਕਿ ਰਹਿ ਨਹੀਂ ਸੀ ਸਕਦਾ ਇਹਨੂੰ ਗਾਏ ਬਿਨਾਂ। ਤੁਹਾਡੇ ਹੰਝੂ ਜਿੰਨੇ ਵੀ ਗਿਰੇ, ਜਿੰਨੇ ਵੀ ਡਿੱਗੇ ਮੇਰੀ ਝੋਲੀ ਦੇ ਵਿੱਚ, ਉਸ ਮਾਂ ਦੀ ਯਾਦ ਦੇ ਵਿੱਚ ਜਿਹਨੂੰ ਤੁਸੀਂ ਯਾਦ ਕਰਕੇ ਹੰਝੂ ਵਗਾਏ, ਔਰ ਉਸ ਮਾਂ ਜੇ ਤੁਹਾਡੇ ਕੋਲ ਹੈ ਤਾਂ ਉਹ ਰੱਬ ਉਹਦੀ ਉਮਰ ਦਰਾਜ਼ ਕਰੇ, ਜੋ ਤੁਰ ਗਈ ਹੈ ਅਤੇ ਉਹ ਜਿੱਥੇ ਵੀ ਹੈ ਰੱਬ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਕਰੇ। ਥੈਂਕ ਯੂ ਵੈਰੀ ਮਚ।